ਇੱਕ ਪੰਕਤੀ ਹੋਰ ਸੁਣਿਓ, ਉਹ ਨਿਬੇੜੇ ਕਰ ਦੂ ਗੱਡੇ। ਇੱਕੋ ਹੀ ਪੰਕਤੀ, ਸਰਬੰ ਸਾਚਾ ਏਕ ਹੈ ਦੂਜਾ ਨਾਹੀਂ। ਇੱਕ ਪੰਕਤੀ ਨੇ, ਇੱਕੇ ਪੰਕਤੀ ਨੇ ਸਾਰੇ ਦੇਵੀ ਦੇਵਤੇ ਬਾਬੇ ਪੀਰਾਂ ਦਾ ਭੋਗ ਪਾਤਾ ਵੀ ਸਾਰੇ ਇੱਕੋ ਹੀ ਪਰਮੇਸ਼ਰ ਹੈ, ਦੂਜਾ ਕੋਈ ਹੈ ਹੀ ਨਹੀਂ। ਬੋਲੋ ਸਤਨਾਮ। ਸਰਬੰ ਸਾਚਾ ਦੂਜਾ, ਪ੍ਰਮਾਣ ਹੋਰ ਬਥੇਰੇ ਨੇ ਪਰ ਇੱਕ ਪੰਕਤੀ ਕੋਈ ਯਾਦ ਰੱਖ ਲਏ ਪ੍ਰਮਾਣ। ਕਿਤੇ ਗੁਰੂ ਬਾਬਾ ਜੀ ਕਹਿੰਦੇ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੁ, ਇੱਕੋ ਹੀ ਦੂਜਾ ਕਿਉਂ? ਕਿਤੇ ਵਿਆਖਿਆ ਹੁਣ ਮੈਂ ਕਰਨ ਲੱਗਿਆ, ਕਿਤੇ ਕਹਿੰਦੇ ਤੁਸੀਂ ਦੂਜੇ ਤੋਂ ਮੰਗਦੇ ਹੋ ਲਾਲਚ ਵੱਸ ਹੋ ਕੇ? ਨਹੀਂ ਭਾਈ, ਇੱਕੋ ਹੀ ਹੈ ਸਭਨਾ ਜੀਆਂ ਕਾ। ਬੋਲੋ ਮਾਮਾ ਭੈਣਾ, ਸਭਨਾ ਜੀਆਂ ਕਾ। ਹੁਣ ਦੂਜੇ ਤੋਂ ਨਾ ਮੰਗੋ, ਹੁਣ ਨਾ ਮੁੜ ਕੇ ਕਦੇ ਕਿਹਾ ਇਹ ਫਲਾਣੇ ਕਬਰਾਂ ਵਾਲਿਆ, ਇਹ ਸਮਾਧਾਂ ਵਾਲਿਆ, ਇਹ ਡੇਰੇ ਵਾਲਿਆ, ਇਹ ਫਲਾਣੇ ਬਾਬਿਆ। ਇੱਕੋ ਹੀ ਹੈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰਣਾ ਜਾਈ, ਇੱਕੋ ਹੀ ਦਾਤਾ। ਡਰਦੇ ਮਾਰੇ ਮੰਨਦੇ ਕਿਸੇ ਨੂੰ? ਗੁਰੂ ਜੀ ਕਹਿੰਦੇ ਨਾ ਭਾਈ, ਹਰ ਇੱਕ ਸਹਿਦਾ ਹੈ ਅਮਰ। ਇੱਕ ਦੀ ਗੱਲ ਹੈ ਹੁਣ ਵਿਆਖਿਆ, ਇਹ ਹਰ ਇੱਕ ਸਹਿਦਾ ਹੈ ਅਮਰ। ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾ ਹੈ, ਡਰ ਭਰਮ ਭਾਉ ਦੂਰ ਕਰ। ਕੀ ਕਹਿੰਦੇ ਨੇ ਆਪਣੇ ਗੁਰੂ ਬਾਬਾ ਜੀ? ਕਹਿੰਦੇ ਇੱਕੋ ਹੀ ਮਾਲਕ ਦਾ ਹੁਕਮ ਚੱਲਦਾ, ਹਰ ਇੱਕ ਸੈ ਦਾ ਹੈ ਅਮਰ। ਅਮਰ ਮੀਨ ਹੁਕਮ, ਰੱਬੀ ਕਾਨੂੰਨ, ਰੱਬੀ ਨਿਯਮ ਦੀ ਕੌਸਮਿਕ ਲਾ। ਇੱਕੋ ਹੀ ਰੱਬੀ ਕਾਨੂੰਨ ਚੱਲਦਾ, ਇੱਕੋ ਹੀ ਰੱਬ ਜੀ ਦਾ ਹੁਕਮ ਚੱਲਦਾ। ਫਿਰ ਪੜਿਓ, ਹਰ ਇੱਕ ਸੈ ਦਾ ਹੈ ਅਮਰ। ਇੱਕੋ ਹਰ ਚਿੱਤ ਧਰ, ਇੱਕੋ ਹਰੀ ਪਰਮੇਸ਼ਰ ਨੂੰ ਚਿੱਤ ਵਿੱਚ ਧਰ ਲਓ, ਹਰ ਤਿਸ ਬਿਨ ਕੋਈ ਨਾ ਹੈ, ਉਸ ਤੋਂ ਬਿਨਾਂ ਹੋਰ ਹੈ ਹੀ ਨਹੀਂ ਕੋਈ। ਇੱਥੇ ਕਿਸੇ ਦਾ ਹੁਕਮ ਨਹੀਂ ਚੱਲਦਾ ਸਾਡੀ ਜ਼ਿੰਦਗੀ 'ਚ, ਕਿਸੇ ਕਬਰ ਵਾਲੇ ਦਾ, ਕਿਸੇ ਸਮਾਧ ਵਾਲੇ ਦਾ, ਕਿਸੇ ਬਾਬੇ ਪੀਰ ਦਾ ਕੋਈ ਸੰਬੰਧ ਨਹੀਂ ਸਾਡੀ ਜ਼ਿੰਦਗੀ 'ਚ ਨਾ। ਕਰਮ ਅਤੇ ਰੱਬੀ ਕਾਨੂੰਨ, ਕਰਮ ਉੱਤੇ ਰੱਬੀ ਕਾਨੂੰਨ ਹੋਣ ਲੱਗਦਾ, ਬਸ ਹੋਰ ਕਿਸੇ ਦਾ ਕੋਈ ਸੰਬੰਧ ਨਹੀਂ। ਕਹਿੰਦੇ ਹਰ ਤਿਸ ਬਿਨ ਕੋਈ ਨਾ ਹੀ, ਡਰ ਭਰਮ ਪਾਓ ਦੂਰ। ਜਿਸ ਉਹਨੂੰ ਕਿਸੇ ਨੇ ਡਰ ਪਾਤਾ, ਭਰਮ ਪਾਤਾ, ਉਹ ਕੌਣ ਪਾਉਂਦਾ? ਜੇ ਨਾ ਜਾਊ ਤਾਂ ਕਿਉਂ ਭੈਣ, ਕੌਣ ਪਾਉਂਦਾ ਭੈਣ? ਉਹਨੂੰ ਪਤਾ ਚੇਲਾ, ਜੋਤ ਸੀ, ਬੂਬਣਾ, ਡੇਰੇ ਵਾਲੇ ਇਹੀ ਪਾਉਂਦੇ ਨੇ ਨਾ। ਦੁਨੀਆਂ ਭਰਮ ਤੋੜਨ ਵਾਲਿਆਂ ਕੋਲ ਨਹੀਂ ਆਉਂਦੀ, ਦੁਨੀਆਂ ਭਰਮ ਪਾਉਣ ਵਾਲਿਆਂ ਕੋਲ ਜਾਂਦੀ ਆ। ਜਿਹੜਾ ਗੁਰੂ ਕੋਲ ਰੁਕ ਗਿਆ ਨਾ, ਉਹਦੇ ਭਰਮ ਟੁੱਟ ਗਏ ਨਾ, ਪਰ ਜਾਂਦੀ ਦੁਨੀਆਂ ਭਰਮ। ਭਰਮ ਪਾਉਣ ਨੂੰ ਕੀ ਕਹਿੰਦੇ ਨੇ? ਸਿਆਣੇ, ਹਾਏ ਹਾਏ ਸਿਆਣੇ ਦੇਖ ਲਓ, ਜਿਹੜੇ ਬੇਅਕਲ ਉਹਨੂੰ ਸਿਆਣਾ ਕਹਿਣਗੇ। ਜਿੰਨੇ ਦੁਨੀਆਂ ਦੇ ਬੇਅਕਲ ਸਿਆਣੇ ਬਣਾਤੇ, ਕਮਾਲ ਹੋ ਗਈ। ਇਸ ਕਰਕੇ ਸਿੱਧ ਹੋ ਗਿਆ ਬਾਣੀ ਤੋਂ ਵੀ ਡਰਿਆ ਨਾ ਕਰੋ, ਡਰਦੇ ਮਾਰੇ ਨਾ ਕਿਸੇ ਨੂੰ ਮੰਨਿਆ ਕਰੋ। ਕੌਣ ਕਹਿੰਦਾ? ਆਪਣੇ ਗੁਰੂ ਬਾਬਾ ਜੀ ਦੀਆਂ ਗੱਲਾਂ ਸੁਣਾਈਆਂ, ਮੈਂ ਤਾਂ ਮੇਰੀ ਕੋਈ ਗੱਲ ਨਹੀਂ ਵਿੱਚ। ਜੇ ਕਿਤੇ ਮੇਰੀ ਕੋਈ ਗੱਲ ਹੋ ਗਈ ਸਾਰੇ ਦੀਵਾਨ 'ਚ, ਉਹ ਮੇਰੀ ਭੁੱਲ ਜਾਣ ਕੇ ਛੱਡ ਦਿਓ ਵੀ ਆਹ ਪੰਥਵੀਰ ਸਿੰਘ ਕੋਲੋਂ ਕਹਿ ਗਿਆ, ਆਪਾਂ ਕੋਲੋਂ ਗੱਲ ਕੋਈ ਕਹੀ ਨਹੀਂ ਵੈਸੇ। ਇਸ ਕਰਕੇ ਡਰਦੇ ਮਾਰੇ ਨਾ ਮੰਨਿਓ ਕਿਸੇ ਨੂੰ, ਲਾਲਚ ਦੇ ਮਾਰੇ ਨਾ ਮੰਨਿਓ ਨਿਬੇੜਤਾ ਕੰਮ। ਇੱਕੋ ਹੀ ਹੈ ਸਰਬੰ ਸੱਚ ਹੈ ਕਿ ਦੂਜਾ ਨਾਹੀਂ, ਅਤੇ ਪਹਿਲੇ ਬਚਨ ਹੀ ਭੋਗ ਪਾਤਾ ਸਭ ਦਾ ਇੱਕ ਓ ਅੰਕਾਰ, ਇੱਕ ਅਕਾਲ ਪੁਰਖ ਕਰਸ ਵਿਆਪਕ ਹੈ। ਫੇਰ ਪੜ੍ਹੋ, ਇੱਕ ਓ ਅੰਕਾਰ, ਇੱਕ ਓ ਅੰਕਾਰ, ਇੱਕ ਪਰ ਪਤਾ ਨਹੀਂ ਕੀ ਹੈ ਦੂਜੇ ਦਾ ਕਿਉਂ ਖੜਾ ਛੱਡਿਆ। ਇੱਕ ਹੋ ਗਏ ਨਾ ਫੈਸਲੇ, ਕਿੱਡੇ ਕਿੱਡੇ ਜੱਬ ਨਿਬੜ ਗਏ, ਨਿਬੜ ਗਏ ਨਾ, ਥਾਂ ਥਾਂ ਆਉਣ ਜਾਣ ਦੇ, ਧੂੜ ਤੋਂ ਧੂੜ ਤੋਂ ਪਤਾਕੇ ਖਾਣ ਤੋਂ ਬਚਾਅ ਹੋ ਗਿਆ। ਇੱਕ ਪੰਕਤੀ ਤੋਂ ਨਿਬੇੜਾ ਸੁਣੈ, ਸੁਣੈ ਅੱਠ ਸੱਠ ਕਾ ਇਸ਼ਨਾਨ। ਸੁਣਿਆ ਦਾ ਅਰਥ ਕੀ ਹੁੰਦਾ? ਜੇ ਸੁਣ ਲਈਏ, ਜੇ ਸੁਣ ਲਈਏ, ਸੁਣੈ ਸਮਝ ਲਓ 68 ਤੀਰਥਾਂ ਦੇ ਨਹਾਉਣ ਹੋ ਗਏ। ਸੱਚੇ ਗਿਆਨ ਨੂੰ ਸੁਣਦਿਆਂ ਹੀ 68 ਤੀਰਥਾਂ ਦੇ ਨਹਾਉਣ ਹੋ ਗਏ। ਸੁਣੈ ਅੱਠ ਸੱਠ ਕਾ ਇਸ਼ਨਾਨ।
ਨਿਬੜ ਗਈ ਗੱਲ। ਇੱਕ ਪੰਕਤੀ ਨੇ ਨਿਬੇੜਤੇ ਬਾਹਰਲੀ ਬਾਹਰੀ ਤੀਰਥ ਵੀ ਸੱਚਾ ਗਿਆਨ ਹੀ ਤੀਰਥ ਹੁੰਦਾ। ਸੱਚਾ ਗਿਆਨ ਸੁਣਦਿਆਂ ਸਾਰੇ ਤੀਰਥਾਂ ਦੇ ਨਹਾਉਣ ਹੋ ਗਏ, ਕਿੱਥੇ ਤੁਰੇ ਫਿਰਦੇ ਹੋ? ਇੱਕੋ ਹੀ ਬਸ। ਅਤੇ ਨਾਲ ਨਾਲ ਅੰਤਰੀ ਵੀ ਜੁੜ ਕੇ ਆਪਣੇ ਅੰਦਰ ਇਸ਼ਨਾਨ ਕਰਿਆ ਕਰੋ। ਅੰਤਰਗਤ ਤੀਰਥ ਮਲ ਨਹਾਓ ਅੰਦਰ। ਚਲੋ ਵਿਆਖਿਆ ਤਾਂ ਫਿਰ ਬਹੁਤ ਹੈ ਬਾਣੀ ਚੋਂ, ਤਾਂ ਅੰਤ ਨਹੀਂ ਕੋਈ। ਫਿਰ ਇਹ ਸਰੀਰ ਸਰਬਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ। ਸਤਸੰਗੀਓ, ਇਹ ਸਰੀਰ ਹੀ ਸਰੋਵਰ ਹੈ, ਇਹਦੇ ਵਿੱਚੇ ਵਿੱਚ ਇਹਦੇ ਅੰਦਰੇ ਅੰਦਰੀ ਲਿਵਲਾ ਕੇ ਇਸ਼ਨਾਨ ਕਰਿਆ ਕਰੋ। ਆਪਣੇ ਸਰੀਰ ਰੂਪੀ ਸਰੋਵਰ ਦੇ ਵਿੱਚ ਕੋਈ ਵਿਰਲਾ ਹੀ ਨਹਾਉਂਦਾ। ਬੋਲੋ ਸਤਨਾਮ, ਪੰਕਤੀ ਫਿਰ ਯਾਦ ਕਰ ਲਓ। ਇਹ ਸਰੀਰ ਸਰਬਰ ਹੈ ਸੰਤੋ, ਸੰਤੋ ਦਾ ਸਤਸੰਗੀਓ, ਆਹ ਸਰੀਰ ਸਰੋਵਰ ਹੈ। ਇਹ ਸਰੀਰ ਸਰਬਰ ਹੈ ਸੰਤੋ, ਇਸ਼ਨਾਨ ਕਰੇ ਲਿਵਲਾਈ। ਇਹ ਗੁਰੂ ਦਾ ਗਿਆਨ। ਚਲੋ ਜੋ ਏਦਾਂ ਜਦੋਂ ਗੁਰੂ ਪ੍ਰਗਟ ਹੋ ਗਿਆ, ਫਿਰ ਤਾਂ ਸਾਰੇ ਚੱਕਰ ਨਿਬੜ ਗਏ।